बीते दिन शहीद भगत सिंह चैरिटेबल सोसाइटी गढ़शंकर के संस्थापक अते प्रधान दर्शन सिंह मट्टू की अचानक तबीयत खराब होने ते डॉक्टर राघव लंब मीरा सैनी अते परमजीत कौर वल्लों अपने डॉक्टरी पेशे तो उपर उठ के दर्शन सिंह मट्टू का समय सिर सही ढंग नाल इलाज करन च दित्ते अपने वडमुल्ले योगदान लई उन्हां नूं संस्था दे अहुदेदारां दी मौजूदगी विच सन्मानित किया गया। इत्थे ये दसण योग है दर्शन सिंह मट्टू की तबीयत काफ़ी ज़्यादा खराब हो गई सी अते इन्हां डॉक्टरां दी बदौलत सदका हुण बिल्कुल ठीक ठाक हन अते पहलां दी तरह समाज भलाई दे काम विच डट गए हन। इस मौके डॉक्टर राघव लंब मीरा सैनी अते परमजीत कौर ने शहीद भगत सिंह चैरिटेबल सोसाइटी वालों दिते सन्मान लई उन्हां दा धन्नवाद किया। ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਰਜਿਸਟਰ ਗੜ੍ਹ ਸਿੰਘ ਕੋਲ ਵੱਲੋਂ ਡਾਕਟਰ ਰਾਘਵ ਜੀ ਜਿਹੜੇ ਕਿ ਹਾਰਟ ਦੇ ਸਪੈਸ਼ਲਿਸਟ ਨੇ ਉਹਨਾਂ ਦਾ ਸਨਮਾਨ ਕਰਨ ਆਏ ਹਾਂ ਕਿਉਂਕਿ ਉਹਨਾਂ ਨੇ ਸਮੇਂ ਰਹਿੰਦੇ ਸਹੀ ਸਮੇਂ 'ਤੇ ਸਮੇਂ ਰਹਿੰਦਿਆਂ ਸਾਡੇ ਜਿਹੜੇ ਸੁਸਾਇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਜੀ ਮੱਟੂ ਆ ਉਹਨਾਂ ਦਾ ਇਲਾਜ ਕੀਤਾ ਔਰ ਉਹ ਸਿਹਤਯਾਬ ਹੋ ਕੇ ਸਾਡੇ ਵਿਚਕਾਰ ਹੁਣ ਖੜ੍ਹੇ ਨੇ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਡਾਕਟਰ ਰਾਘਵ ਜੀ ਦਾ, ਭੈਣ ਮੀਰਾ ਜੀ ਦਾ ਅਤੇ ਭੈਣ ਪਰਮਜੀਤ ਕੌਰ ਦਾ ਜਿਨ੍ਹਾਂ ਨੇ ਸਾਨੂੰ ਸਹੀ ਸਮੇਂ 'ਤੇ ਦੱਸ ਦਿੱਤਾ ਕਿ ਆਹ ਪ੍ਰੋਬਲਮ ਹੈ ਉਹਦਾ ਤੁਸੀਂ ਹੱਲ ਕਰਵਾ ਲਓ ਔਰ ਉਹ ਹੱਲ ਹੋ ਕੇ ਅੱਜ ਮੱਟੂ ਸਾਹਿਬ ਸਾਡੇ ਵਿੱਚ ਸਿਹਤਯਾਬ ਨੇ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਸਾਥੀ ਦਾ। ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਰਜਿਸਟਰਡ ਵੱਲੋਂ ਡਾਕਟਰ ਰਾਘਵ ਲੰਬ ਜੀ ਦਾ, ਮੈਂ ਭੈਣ ਮੀਰਾ ਦੇਵੀ ਅਤੇ ਪਰਮਜੀਤ ਕੌਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਮੇਂ ਸਿਰ ਸਾਡੇ ਪ੍ਰਧਾਨ ਕਾਂਗਰਸ ਦਰਸ਼ਨ ਸਿੰਘ ਮੱਟੂ ਦਾ ਸਹੀ ਇਲਾਜ ਕਰਕੇ ਸਾਡੇ ਵਿੱਚ ਉਹਨਾਂ ਨੂੰ ਤੰਦਰੁਸਤ ਕਰਕੇ ਸਾਡੇ ਵਿੱਚ ਲੋਕ ਸੇਵਾ ਲਈ ਹਾਜ਼ਰ ਕੀਤਾ। ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਹਾਂ। ਸ਼ਹੀਦ ਭਗਤ ਸਿੰਘ ਦੀ ਸਮਾਰਕ 'ਤੇ ਆਪਣਾ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿਸਟਰਡ ਗੜ੍ਹਸ਼ੰਕਰ ਵੱਲੋਂ ਭੈਣ ਮੀਰਾ ਜੀ ਜੋ ਕਿ ਸਾਡੇ ਪ੍ਰਧਾਨ ਜੀ ਸਾਥੀ ਦਰਸ਼ਨ ਸਿੰਘ ਜੀ ਮੱਟੂ ਦੀ ਅਚਾਨਕ ਸਿਹਤ ਖਰਾਬ ਹੋ ਗਈ ਸੀ, ਉਹਨਾਂ ਨੂੰ ਸਿਹਤ ਖਰਾਬ ਹੋਣ ਕਰਕੇ ਭੈਣ ਮੀਰਾ ਜੀ ਨੂੰ ਪਰਿਵਾਰ ਵਾਲੇ ਸਾਡੇ ਆਂਟੀ ਜੀ ਨੇ ਫੋਨ ਕਰਕੇ ਸੱਦਿਆ ਕਿਉਂਕਿ ਇਹ ਭੈਣ ਮੀਰਾ ਜੀ ਹੈਲਥ ਡਿਪਾਰਟਮੈਂਟ ਦੇ ਵਿੱਚ ਬਤੌਰ ਮੁਲਾਜ਼ਮ ਕੰਮ ਕਰਦੇ ਹਨ ਅਤੇ ਇਹਨਾਂ ਨੇ ਫੌਰੀ ਆ ਕੇ 2:30 ਵਜੇ ਸਾਡੇ ਪ੍ਰਧਾਨ ਜੀ ਦੀ ਸਿਹਤ ਦਾ ਮੁਆਇਨਾ ਕੀਤਾ ਜਿਨ੍ਹਾਂ ਦੀ ਸਿਹਤ ਬਹੁਤ ਖਰਾਬ ਹੋਣ ਕਰਕੇ ਇਹਨਾਂ ਨੇ ਉਹਨਾਂ ਦਾ ਮੁੱਢਲਾ ਉਪਚਾਰ ਕਰਕੇ ਇਹਨਾਂ ਨੂੰ ਸੁਚੇਤ ਕਰ ਦਿੱਤਾ ਵੀ ਭਾਈ ਸਾਹਿਬ ਜਿਹੜੀ ਤੁਹਾਡੀ ਪ੍ਰਧਾਨ ਜੀ ਜਿਹੜੀ ਤੁਹਾਡੀ ਸਿਹਤ ਹੈ ਇਹ ਥੋੜ੍ਹੀ ਮੈਨੂੰ ਜ਼ਿਆਦਾ ਖਰਾਬ ਲੱਗਦੀ ਹੈ। ਅੱਜ ਅਸੀਂ ਭੈਣ ਮੀਰਾ ਜੀ ਨੂੰ ਇਸ ਕਰਕੇ ਇਸ ਟਰੱਸਟ ਵੱਲੋਂ ਸਨਮਾਨਿਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਡੇ ਪ੍ਰਧਾਨ ਜੀ ਨੂੰ ਸਮੇਂ ਸਿਰ ਆਪਣਾ ਬੋਰਨ ਕਰਕੇ ਹਸਪਤਾਲ ਲਈ ਪ੍ਰੇਰਿਤ ਕਰਕੇ ਅੱਜ ਸਾਡੇ ਪ੍ਰਧਾਨ ਜੀ ਬਿਲਕੁਲ ਦਰੁਸਤ ਹਨ। ਅਸੀਂ ਇਹਨਾਂ ਦੀ ਭੈਣ ਮੀਰਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਪ੍ਰਧਾਨ ਜੀ ਦੀ ਸਿਹਤਯਾਬ ਲਈ ਬਹੁਤ ਮਦਦ ਕੀਤੀ। ਬਹੁਤ ਬਹੁਤ ਧੰਨਵਾਦ ਜੀ।